ਹਾਂਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ ਪੰਜਾਬ ਦੇ ਬਹੁਤ ਹੀ ਅਹਿਮ ਮਸਲਿਆਂ ਤੇ। ਵਿਸ਼ਵਾਸ ਸਿੰਘ ਜੀ, ਸਭ ਤੋਂ ਪਹਿਲਾਂ ਜਿਹੜਾ ਇਸ ਵਕਤ ਦਾ ਸਭ ਤੋਂ ਜਿਹੜਾ ਭਗਦਾ ਮੁੱਦਾ ਹੈ ਉਹ ਹੈ ਜੀ ਗੁਰਦੇਵ ਸਿੰਘ ਕਾਉਕੇ, ਜੋ ਕਿ ਕਾਰਜਕਾਰੀ ਜਥੇਦਾਰ ਸੀ। ਇਹਨਾਂ ਦੀ ਇੱਕ ਪੁਰਾਣੀ ਫਾਈਲ ਨਿਕਲ ਕੇ ਆਈ ਹੈ ਜੀ। ਉਸ ਫਾਈਲ ਦੇ ਵਿੱਚ ਇਹ ਲਿਖਿਆ ਗਿਆ ਕਿ ਕਿੱਦਾਂ ਕੋ ਕੇ ਉੱਥੋਂ ਦੇ ਮੌਜੂਦਾ ਪੁਲਿਸ ਅਫਸਰਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ। ਬਹੁਤ ਚਰਚਾ ਵਿੱਚ ਹੈ ਜੀ ਇਹ ਮੁੱਦਾ, ਤੇ ਤੁਹਾਡੇ ਕੀ ਵਿਚਾਰ ਨੇ ਇਹਦੇ ਬਾਰੇ? ਦੇਖੋ ਰਵਿੰਦਰ ਜੀ, ਇਹ ਬਹੁਤ ਹੀ ਮਤਲਬ ਆਪਣੇ ਮਨ ਨੂੰ ਠੇਸ ਪਹੁੰਚਾਉਣ ਵਾਲਾ ਮੁੱਦਾ ਇਹ ਜਿਹੜੇ ਬਾਰੇ ਤੁਸੀਂ ਗੱਲ ਕਰਨ ਵਾਸਤੇ ਅੱਜ ਆਪਾਂ ਬੈਠੇ ਹਾਂ। ਦੇਖੋ ਜਥੇਦਾਰ ਜਗਦੇਵ ਸਿੰਘ ਜੀ ਕਿਉਂਕੇ ਕਾਰਜਕਾਰੀ ਜਥੇਦਾਰ ਸੀਗੇ ਉਦੋਂ ਅਕਾਲ ਤਖ਼ਤ ਸਾਹਿਬ ਦੇ, ਸਾਡੇ ਨਾਲ ਹੀ ਇੱਥੋਂ ਪਿੰਡ ਆ ਜਗਰਾਓਂ ਇਲਾਕੇ ਦੇ ਵਿੱਚ, ਅਤੇ ਬੜੇ ਹੀ ਸੂਝਵਾਨ ਅਤੇ ਸ਼ਾਂਤ ਸੁਭਾਅ ਦੇ ਉਹ ਸਨ ਜਥੇਦਾਰ ਜੀ। ਅਤੇ ਉਦੋਂ ਜਦੋਂ ਭਾਈ ਜਸਵੀਰ ਸਿੰਘ ਜੀ ਰੋਡੇ ਨੂੰ ਅਕਾਲ ਤਖ਼ਤ ਦੇ ਜਥੇਦਾਰ ਲਗਾਇਆ ਗਿਆ ਸੀ ਅਤੇ ਉਹਨਾਂ ਨੂੰ ਕੁਛ ਕਾਰਨਾਂ ਕਰਕੇ ਉਦੋਂ ਜੇਲ੍ਹ 'ਚ ਵੀ ਜਾਣਾ ਪਿਆ, ਤਾਂ ਇਹਨਾਂ ਨੂੰ ਫਿਰ ਕਾਰਜਕਾਰੀ ਜਥੇਦਾਰ ਲਾਇਆ। ਅਤੇ ਇਹ ਮਤਲਬ ਪਿੰਡ ਦੇ ਵਿੱਚ ਵੀ ਜਾਂ ਹੋਰ ਇਲਾਕੇ ਦੇ ਵਿੱਚ ਵੀ ਬੜੇ ਸੋਹਣੇ ਮਤਲਬ ਵਿਚਰਦੇ ਸੀ, ਬਹੁਤ ਜਣੀ ਗੁਣੀ ਗਿਆਨੀ ਇਹਨਾਂ ਦਾ ਪਰਿਵਾਰ ਹੈ ਅਤੇ ਬੜੇ ਹੀ ਮਤਲਬ ਲੋਕਾਂ ਦੀ ਸੇਵਾ ਕਰਨ ਵਾਲੇ ਸੀਗੇ। ਪਰ ਐਕਚੁਅਲੀ ਕੀ ਸੀ ਨਾ, ਇਹਨਾਂ ਦਾ ਕੋਈ ਮਤਲਬ ਕਿਸੇ ਪਾਸੇ ਇਹੋ ਜਿਹਾ ਕੋਈ ਇਹਨਾਂ ਦਾ ਕੋਈ ਗਤੀਵਿਧੀ ਨਹੀਂ ਸੀਗੀ ਵੀ ਜਿਵੇਂ ਉਸ ਟਾਈਮ 'ਤੇ ਖੜਕੂਵਾਦ ਚੱਲਦਾ ਸੀਗਾ। ਅਤੇ ਸਿਰਫ ਇਹਨਾਂ ਤੋਂ ਮਤਲਬ ਤਕਲੀਫ ਕੀ ਸੀਗੀ ਉਸ ਟਾਈਮ ਦੀਆਂ ਸਰਕਾਰਾਂ ਨੂੰ, ਕਿ ਉਹ ਕਹਿੰਦੇ ਸੀ ਵੀ ਜਿਹੜੀ ਚੀਜ਼ ਨੂੰ ਅਸੀਂ ਖਤਮ ਕਰਨਾ ਚਾਹੁੰਦੇ ਹਾਂ ਇਹ ਮਤਲਬ ਪ੍ਰਚਾਰ ਕਰਕੇ ਉਸ ਗੱਲ ਨੂੰ ਮਤਲਬ ਵਧਾਵਾ ਦੇ ਰਹੇ ਨੇ। ਦੇਖੋ ਸਿੱਖੀ ਦਾ ਪ੍ਰਚਾਰ ਕਰਨਾ ਕੋਈ ਮਾੜੀ ਗੱਲ ਤਾਂ ਹੈ ਨਹੀਂ। ਇਹਨਾਂ ਨੂੰ ਇਹ ਵੀ ਉਸ ਟਾਈਮ 'ਤੇ ਪ੍ਰੋਬਲਮ ਸੀ ਵੀ ਜਿਹੜਾ ਸਿੱਖੀ ਦਾ ਨਾਂ ਲੈਂਦਾ, ਅਤੇ ਉਦੋਂ ਕੁਛ ਇਹੋ ਜਿਹੇ ਵੀ ਕੰਡੀਸ਼ਨ ਸੀ ਜੇ ਕੋਈ ਬੰਦਾ ਅਖੰਡ ਪਾਠ ਵੀ ਕਰਵਾਉਂਦਾ ਸੀ ਜਾਂ ਕੀਰਤਨ ਵੀ ਕਰਵਾਉਂਦਾ ਸੀ ਉਹਦੇ 'ਤੇ ਵੀ ਪਾਬੰਦੀਆਂ ਇਹਨਾਂ ਦੀਆਂ ਸੀਗੀਆਂ ਇਨਡਾਇਰੈਕਟਲੀ, ਇਹ ਨਾ ਕਰਾਏ ਜਾਣ ਤਾਂ ਕਿ ਇਹਦੇ ਨਾਲ ਜਿਹੜਾ ਵੀ ਉਦੋਂ ਐਸਲੂਟ ਕਰਦਾ ਸੀ ਘੱਟੋ ਘੱਟ ਇਹ ਵੀ ਸੋਚਦੇ ਜਿਹੜਾ ਬੰਦਾ ਗੁਰਦੁਆਰੇ ਜਾਂਦਾ ਉਹਨਾਂ ਨੂੰ ਸਾਰਿਆਂ ਨੂੰ ਇਹ ਖੜਕੂ ਅੱਤਵਾਦੀ ਸਮਝਦੇ ਸੀ। ਪਰ ਸਰਦਾਰ ਜਥੇਦਾਰ ਗੁਰਦੇਵ ਸਿੰਘ ਜੀ ਕਿਉਂਕੇ ਮਤਲਬ ਨੌਜਵਾਨਾਂ ਨੂੰ ਜਾਂ ਆਮ ਲੋਕਾਂ ਨੂੰ ਇਸ ਗੁਰੂ ਦੇ ਨਾਲ ਜੋੜਦੇ ਸੀ, ਗੁਰਬਾਣੀ ਦੇ ਵਿੱਚੋਂ ਉਹ ਪ੍ਰਚਾਰ ਕਰਕੇ ਮਤਲਬ ਸੰਗਤ ਨੂੰ ਸਮਝਾਉਂਦੇ ਸੀ ਕਿ ਵੀ ਇਹਨਾਂ ਚੀਜ਼ਾਂ ਦੇ ਅਰਥ ਕੀ। ਇਹ ਇਹਨਾਂ ਚੀਜ਼ਾਂ ਨੂੰ ਮਤਲਬ ਤਕਲੀਫ ਹੁੰਦੀ ਸੀ। ਹੁਣ ਉਹਨਾਂ ਦੇ ਘਰੇ ਕੋਈ ਵੀ ਜਾਂਦਾ ਸੀ, ਕੋਈ ਇਹ ਨਹੀਂ ਸੀ ਹੁੰਦਾ ਉਹਨਾਂ ਦੇ ਘਰੇ, ਤਾਂ ਦੇਖੋ ਕੋਈ ਅਣਜਾਣ ਬੰਦਾ ਵੀ ਚਲੇ ਜਾਂਦੇ ਨਾ ਉਸ ਟਾਈਮ 'ਤੇ। ਚਲੋ ਤੁਸੀਂ ਤਾਂ ਤੁਹਾਡੀ ਤਾਂ ਉਮਰ ਬਹੁਤ ਘੱਟ ਆ, ਅਸੀਂ ਤਾਂ ਉਦੋਂ ਥੋੜ੍ਹਾ ਬਹੁਤ ਹੰਢਾਇਆ ਵੀ ਇਹ ਚੀਜ਼। ਅਤੇ ਉੱਥੇ ਮਤਲਬ ਉਹਨਾਂ ਨੇ ਕਦੇ ਇਹ ਨਹੀਂ ਸੀ ਪੁੱਛਿਆ ਵੀ ਤੂੰ ਭਾਈ ਕੌਣ ਆ ਅਤੇ ਕਿੱਥੋਂ ਆਇਆ, ਕੀ ਕਰਨਾ ਹੈ। ਉਹਨਾਂ ਨੇ ਜੇ ਕਹਿਣਾ ਜੀ ਜਥੇਦਾਰ ਜੀ ਤੁਹਾਡੇ ਦਰਸ਼ਨ ਕਰਨ ਆਏ ਆ, ਉਹਨਾਂ ਨੇ ਕਹਿਣਾ ਬੈਠੋ ਭਾਈ ਚਾਹ ਪਾਣੀ ਪ੍ਰਸ਼ਾਦਾ ਛਕੋ ਅਤੇ ਉਹਨਾਂ ਦੇ ਗੁਰਬਾਣੀ ਦੇ ਵਿਚਾਰ ਉਹਨਾਂ ਨੇ ਕਰਨੇ, ਜਾਂ ਉਹਨਾਂ ਨੇ ਕੋਈ ਕਦੇ ਦੁਨੀਆਦਾਰੀ ਦੀ ਗੱਲ ਨਹੀਂ ਸੀ ਕਰਦੇ, ਉਹਨਾਂ ਨੇ ਸਿਰਫ ਗੁਰਬਾਣੀ ਦੇ ਬਾਰੇ ਹੀ ਪ੍ਰਚਾਰ ਕਰਨਾ। ਉਹਦੇ ਨਾਲ ਲੋਕ ਪ੍ਰਭਾਵਿਤ ਹੁੰਦੇ ਸੀ। ਇਹ ਉਸ ਟਾਈਮ 'ਤੇ ਜਿਹੜਾ ਐਸ ਐਸ ਪੀ ਸੀਗਾ ਸਵਰਨ ਸਿੰਘ ਘੋਟਣਾ, ਨਾਂ ਤੁਸੀਂ ਸੁਣਿਆ ਹੋਊਗਾ ਜੀ, ਅਤੇ ਜੇ ਮੈਂ ਕਹਾਂ ਵੀ ਉਹ ਬੁੱਚੜ ਨਾਲੋਂ ਘੱਟ ਨਹੀਂ ਸੀ ਉਹ ਬੰਦਾ, ਜਿਹੜੇ ਕੁਛ ਉਸ ਟਾਈਮ 'ਤੇ ਜਿਹੜੇ ਮੁਰਦਾਰ ਬੰਦੇ ਚੱਕਦੇ ਹੁੰਦੇ ਸੀ ਨਾ, ਉਹ ਮਰੇ ਹੋਏ ਪਸ਼ੂਆਂ ਦੀ ਖੱਲ ਉਤਾਰਦੇ ਸੀ,
ਔਰ ਇਹ ਇਹੋ ਜਿਹਾ ਬੰਦਾ ਸੀ ਜਿਹੜਾ ਇਨਸਾਨਾਂ ਦੀ ਜਿਉਂਦਿਆਂ ਦੀ ਖਲ ਲਾਹਵਾ ਸੀ। ਬਹੁਤ ਜ਼ਿਆਦਾ ਇਹਨੇ ਇੱਕ ਜਥੇਦਾਰ ਕੌਂਕੇ ਜੀ ਨਹੀਂ ਮਤਲਬ ਸਾਡਾ ਮਨ ਮਤਲਬ ਭਰਿਆਉਂਦਾ ਜਦੋਂ ਅਸੀਂ ਇਹ ਚੀਜ਼ਾਂ ਨੂੰ ਮਤਲਬ ਸੋਚਦੇ ਹਾਂ। ਬਹੁਤ ਨੌਜਵਾਨ ਇਹਨਾਂ ਨੇ ਇਸ ਬੰਦੇ ਨੇ ਮਤਲਬ ਇੱਦਾਂ ਸ਼ਹੀਦ ਕੀਤੇ ਆ। ਇੱਕ ਇੱਦਾਂ ਦਾ ਨੌਜਵਾਨ ਵੀ ਸੀ ਜਿਹਨੂੰ ਮਤਲਬ ਇੱਕ ਪਾਸੇ ਉਹਦੀ ਲੱਤ ਦਰਖਤ ਨਾਲ ਬੰਨ ਲਈ ਅਤੇ ਦੂਜੇ ਪਾਸੇ ਜੀਪ ਨਾਲ ਪਾ ਕੇ ਖਿੱਚ ਕੇ ਵਿਚਾਲਿਓਂ ਪਾਲਤਾ ਸੀ। ਇੱਦਾਂ ਇੱਦਾਂ ਦੇ ਇਸ ਬੰਦੇ ਨੇ ਜ਼ੁਲਮ ਕੀਤੇ ਸੀ। ਅਤੇ ਉਸ ਟਾਈਮ 'ਤੇ ਜਦੋਂ ਕਾਂਗਰਸ ਸਰਕਾਰ ਤੋਂ ਬਾਅਦ ਜਦੋਂ ਇਹ ਬਾਦਲ ਸਾਹਿਬ ਵੀ ਆਏ ਨੇ ਬਣੇ ਨੇ, ਚਲੋ ਸਾਹਿਬ ਉਹਨਾਂ ਨੂੰ ਕਹਿ ਦਿੰਦੇ ਹਾਂ ਪਰ ਹੁਣ ਜੀ ਤਾਂ ਕਰਦਾ ਨਹੀਂ ਉਹਨਾਂ ਨੂੰ ਕਹਿਣ ਵਾਸਤੇ। ਉਹਨਾਂ ਦੇ ਕੋਲ ਉਦੋਂ ਜਿਹੜੇ ਤਿਵਾੜੀ ਸਾਹਿਬ ਸੀਗੇ ਉਹਨਾਂ ਨੇ ਇੱਕ ਰਿਪੋਰਟ ਬਣਾ ਕੇ ਭੇਜੀ ਸੀ ਇਹਨਾਂ ਦੇ ਮੁਤਾਲਕ। ਇਹਨਾਂ ਨੇ ਉਹ ਟੇਬਲ ਦੇ ਪੈਰਾਂ ਥੱਲੇ ਰੋੜ ਕੇ ਰੱਖਤੀ ਸੀ, ਉਹ ਫਾਈਲ ਤੋਰੀ ਨਹੀਂ ਕਿਸੇ ਪਾਸੇ, ਕੋਈ ਗੱਲ ਹੀ ਨਹੀਂ ਕਰੀ ਉਸੇ ਬਾਰੇ। ਹੁਣ ਬੜੇ ਬੰਦੇ ਇਹੋ ਜਿਹੇ ਜਿਹੜੇ ਮਤਲਬ ਗੱਲਾਂ ਕਰਦੇ ਆ ਜੀ ਨਹੀਂ ਉਦੋਂ ਇਹ ਤਾਂ ਉਦੋਂ ਹੈ ਨਹੀਂ ਸੀ ਜੀ, ਪਤਾ ਨਹੀਂ ਸੀ ਜੀ, ਇਹ ਨਹੀਂ, ਸਭ ਪਤਾ ਸੀ ਇਹਨਾਂ ਨੂੰ ਪਰ ਇਹ ਕਰਨਾ ਨਹੀਂ ਸੀ ਚਾਹੁੰਦੇ। ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਜੇ ਇੱਦਾਂ ਮਤਲਬ ਨੌਜਵਾਨ ਜਾਂ ਸੰਗਤ ਜਾਗਰੂਕ ਹੋ ਗਈ ਇਹਨਾਂ ਦੇ ਕਹਿਣ 'ਤੇ ਮਤਲਬ ਗੁਰਬਾਣੀ ਦੇ ਨਾਲ ਜ਼ਿਆਦਾ ਜੁੜ ਜੂਗੀ, ਫਿਰ ਇਹਨਾਂ ਦੀ ਕੋਈ ਵੈਲਿਊ ਨਹੀਂ ਸੀ ਹੋਣੀ, ਇਹਨਾਂ ਦੀ ਬੁੱਕਤ ਨਹੀਂ ਸੀ ਹੋਣੀ। ਇਸ ਕਰਕੇ ਇਹਨਾਂ ਨੇ ਇਹਨਾਂ ਚੀਜ਼ਾਂ ਨੂੰ ਨਾ ਮਤਲਬ ਚਲਾਇਆ ਹੀ ਨਹੀਂ। ਹੁਣ ਇਹ ਜਿੰਨੇ ਮਰਜ਼ੀ ਇਹ ਗੱਲਾਂ ਕਰੀ ਜਾਣ, ਉਦੋਂ ਸੋਸ਼ਲ ਮੀਡੀਆ ਹੁੰਦਾ ਨਹੀਂ ਸੀ ਰਵਿੰਦਰ ਜੀ, ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਇਸ ਚੀਜ਼ ਦੇ ਬਾਰੇ 'ਚ। ਜੋ ਅਖਬਾਰਾਂ ਦੇ ਵਿੱਚ ਇਹਨਾਂ ਨੇ ਖਬਰ ਦੇਣੀ ਜਾਂ ਇਹਨਾਂ ਨੇ ਅਖਬਾਰਾਂ ਨੂੰ ਕਹਿਣਾ, ਉਹੀ ਅਖਬਾਰਾਂ ਨੇ ਲਿਖਣਾ, ਉਹੀ ਟੈਲੀਵਿਜ਼ਨਾਂ ਨੇ ਖਬਰਾਂ ਦੇਣੀਆਂ। ਅਤੇ ਹੁਣ ਜਾਣੀ ਉਹ ਚੀਜ਼ਾਂ ਸਾਰੀਆਂ ਪਤਾ ਲੱਗਦੀਆਂ ਹਰੇਕ ਬੰਦੇ ਨੂੰ, ਬੱਚੇ ਨੂੰ ਇਹ ਚੀਜ਼ ਹੁਣ ਪਤਾ ਲੱਗਦੀ ਹੈ। ਅਤੇ ਉਹ ਹੁਣ ਚੀਜ਼ਾਂ ਜਿਹੜੀਆਂ ਨਿਕਲ ਕੇ ਆਉਂਦੀਆਂ ਨੇ ਸਾਹਮਣੇ, ਹੁਣ ਇਹ ਕਰਦੇ ਆ ਜੀ ਮਤਲਬ ਉਹਨਾਂ ਦੇ ਭੋਗ ਪਾਉਣੇ, ਹੁਣ ਭੋਗ ਪਾਉਣੇ ਆ, ਅਤੇ ਪਹਿਲਾਂ ਇਹਨਾਂ ਨੂੰ ਇਹਨਾਂ ਦੇ ਘੋਟਣੇ ਦਾ ਭੋਗ ਪਾਉਣਾ ਇਹਨਾਂ ਨੂੰ ਯਾਦ ਸੀਗਾ ਜਦੋਂ 2014 'ਚ ਉਹ ਮਰਿਆ। ਅਤੇ ਉਦੋਂ ਇਹਨਾਂ ਦੇ ਹੀ ਇੱਕ ਜਣਾ ਸਕੱਤਰ ਸੀਗਾ ਚੋਣੀ ਕਮੇਟੀ ਦਾ, ਰੂਪ ਸਿੰਘ, ਰੂਪ ਸਿੰਘ ਵੀ ਨਹੀਂ ਕਹਿੰਦਾ, ਮੈਂ ਤਾਂ ਕਹਿੰਦਾ ਰੂਪ ਚੰਦ ਮਹੰਤ ਕਹਿਣਾ ਚਾਹੀਦਾ ਉਹਨੂੰ। ਉਸ ਬੰਦੇ ਨੇ ਮਤਲਬ ਉਦੋਂ ਹਜ਼ੂਰੀ ਰਾਗੀ ਸੀਗੇ ਆਪਣੇ ਬਲਦੇਵ ਸਿੰਘ ਜੀ ਬਡਾਲਾ, ਉਹਨਾਂ ਦੇ ਨਾਲ ਇੱਕ ਨਾਗੋਕੇ ਉਹਨਾਂ ਦੇ ਨਾਲ ਹੁੰਦੇ ਸੀ ਜੱਥੇ ਦੇ ਵਿੱਚ ਉਹਨਾਂ ਦੇ। ਅਤੇ ਇਹਨਾਂ ਨੂੰ ਉਹਨਾਂ ਨੇ ਮਤਲਬ ਕਿਹਾ, ਕਹਿੰਦੇ ਵੀ ਇੱਦਾਂ ਦਾ ਕਰਕੇ ਵੀ ਤੁਸੀਂ ਕੀਰਤਨ ਕਰਨ ਵਾਸਤੇ ਉੱਥੇ ਜਾਣਾ ਉਹਦੇ ਭੋਗ 'ਤੇ ਸਵਰਨ ਸਿੰਘ ਦੇ। ਉਹਨਾਂ ਨੂੰ ਉਦੋਂ ਕੋਈ ਨਹੀਂ ਸੀ ਇਸ ਗੱਲ ਦਾ ਪਤਾ, ਫਿਰ ਬਾਅਦ ਦੇ ਵਿੱਚ ਆਪਸ ਵਿੱਚ ਜਦੋਂ ਡਿਸਕਸ਼ਨ ਕੀਤੀ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਉਹੀ ਸਵਰਨ ਸਿੰਘ ਘੋਟਣਾ ਵਾ ਜਿਹਨੇ ਘਾਣ ਕੀਤਾ ਜਵਾਨੀ ਦਾ। ਫਿਰ ਉਹਨਾਂ ਨੇ ਮੋੜ ਕੇ ਉਹਨੂੰ ਰੂਪ ਸਿੰਘ ਨੂੰ ਫੋਨ ਲਾ ਕੇ ਕਹਿਤਾ ਵੀ ਅਸੀਂ ਨਹੀਂ ਜੀ ਜਾਣਾ। ਫਿਰ ਉਹਨੂੰ ਬੜੇ ਧੋਖੇ ਮਾਰੇ, ਤੁਹਾਨੂੰ ਅਸੀਂ ਐਂ ਕਰਾਂਗੇ, ਤੁਹਾਨੂੰ ਫਲਾਨਾ ਕਰਾਂਗੇ। ਉਹ ਕਹਿੰਦੇ ਜੋ ਮਰਜ਼ੀ ਕਰ ਦਿਓ, ਅਸੀਂ ਨਹੀਂ ਜਾਣਾ। ਚਲੋ ਇਹ ਨਹੀਂ ਗਏ, ਫਿਰ ਹੋਰ ਕੋਈ ਮਤਲਬ ਇਹਨਾਂ ਨੇ ਕਿਸੇ ਨੂੰ ਪ੍ਰੈਸ਼ਰ ਪਾ ਕੇ ਹੋਰ ਭੇਜਤਾ, ਉਹ ਚਲੇ ਗਏ। ਜਾਣੀ ਉਦੋਂ ਇਹਨਾਂ ਨੂੰ ਇਹ ਨਹੀਂ ਸੀ ਪਤਾ ਸ਼੍ਰੋਮਣੀ ਕਮੇਟੀ ਨੂੰ ਜਾਂ ਬਾਦਲਕਿਆਂ ਨੂੰ ਵੀ ਅਸੀਂ ਕੌਂਕੇ ਸਾਹਿਬ ਦਾ ਵੀ ਮਤਲਬ ਕੋਈ ਹੱਲ ਕਰਨਾ। ਉਦੋਂ ਤਾਂ ਇਹਨਾਂ ਨੇ ਭਗੌੜਾ ਹੀ ਰੱਖਿਆ। ਹੁਣ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਵੀ ਉਹ ਸ਼ਹੀਦ ਹੋ ਗਏ? ਮੈਂ ਕਹਿੰਦਾ ਸਾਡੇ ਇੱਥੇ ਨਾਲ ਜਗਰਾਉਂ ਦੇ ਵਿੱਚ ਐਸ ਸੀ ਪੀ ਜੀ ਮੈਂਬਰ ਆਪਣੇ ਸਕੱਤਰ ਵੀ ਰਹੇ ਨੇ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ, ਉਹਨਾਂ ਦੇ ਤਾਂ ਬਿਲਕੁਲ ਨਾਲ ਹੈ, ਉਹ ਜਾਂਦੇ ਵੀ ਰਹੇ ਆ ਉੱਥੇ ਪਾਸ਼ੀ ਛੇਵੀਂ ਗੁਰਦੁਆਰੇ ਉੱਤੇ ਗੁਰੂ ਸਰ ਕੌਂਕੇ। ਉਦੋਂ ਇਹਨਾਂ ਨੂੰ ਪਤਾ ਨਹੀਂ ਸੀ ਸਾਰੀ ਗੱਲ ਦਾ, ਇਹਨਾਂ ਨੇ ਕੋਈ ਗੱਲਾਂ ਨਹੀਂ ਉੱਥੇ ਚੱਕੀਆਂ ਜਾ ਕੇ, ਕਿਉਂ ਨਹੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਗੱਲ ਦੇ, ਕਿੰਨੇ ਦਹਾਕੇ ਤੋਂ ਇਹ ਜੁੜੇ ਨੇ ਸ਼੍ਰੋਮਣੀ ਕਮੇਟੀ ਦੇ ਨਾਲ, ਇਹ ਆਪ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਰਹੇ ਨੇ। ਹੁਣ ਇਹ ਮਤਲਬ ਲਿਪੜੀਆਂ ਪੁੱਛੜੀਆਂ ਮਾਰਦੇ ਨੇ ਉਹਦੇ ਮਤਲਬ ਗੱਲਾਂ ਨੂੰ, ਇਹ ਝੂਠ ਤੁਪਾਨ ਮਤਲਬ ਇਹਨਾਂ ਦੇ ਬੱਸ ਦਾ ਰੋਗ ਨਹੀਂ ਜੀ। ਇਹ ਬਾਦਲਾਂ ਨੂੰ ਬਚਾਉਣ ਦੀ ਖਾਤਰ ਸਾਰਾ ਇਹ ਜਿਹੜਾ ਕੁੜਮਾ ਇਹ ਕੁਛ ਵੀ ਕਰ ਸਕਦੇ, ਇਹਨਾਂ ਨੂੰ ਕਿਸੇ ਦੇ ਕੋਈ ਮਤਲਬ ਨਹੀਂ।
ਅਸੀਂ ਵੀ ਮਤਲਬ ਇਹ ਚੀਜ਼ ਨੂੰ ਉਦੋਂ ਕਰਦੇ ਸੀਗੇ ਵੀ ਨਹੀਂ ਜੀ ਅਕਾਲੀ ਦਲ ਨੂੰ ਪਾਉਣੀ ਆ ਜੀ ਅਕਾਲੀ ਦਲ ਨੇ, ਹੁਣ ਵੀ ਅਸੀਂ ਠੀਕ ਆ ਅਕਾਲੀ ਦਲ ਨੂੰ ਅਸੀਂ ਕਹਿੰਦੇ ਹਾਂ ਵੀ ਉੱਠੂਗਾ, ਪਰ ਇਹ ਜਿੰਨਾ ਚਿਰ ਬਾਦਲ ਮਜੀਠੀਆ ਇਹ ਸਾਰੇ ਖੇੜਾ ਨਹੀਂ ਨਾ ਛੱਡਦੇ ਇਹਦਾ, ਉਹਨਾਂ ਚਿਰ ਅਕਾਲੀ ਦਲ ਸਰਵਾਈਵ ਨਹੀਂ ਕਰ ਸਕਦਾ। ਤੇ ਇਹਨਾਂ ਨੇ ਜੋ ਕਹਾਣ ਮਤਲਬ ਕੌਂਕੇ ਸਾਹਿਬ ਦਾ ਜਵਾਨੀ ਦਾ ਉਹਨਾਂ ਦਾ ਕੀਤਾ ਤੇ ਜਾਂ ਹੋਰ ਨੌਜਵਾਨਾਂ ਦਾ ਕੀਤਾ, ਰਹੇ ਰੱਬ ਦਾ ਨਾਂ ਵੀ ਜਾਣੀ ਜਿਹੜੇ ਕੁਛ ਉਸ ਟਾਈਮ ਤੇ ਬੰਦੇ ਜਿਹੜੇ ਉਦੋਂ ਡਰਦੇ ਨਹੀਂ ਸਾਹਮਣੇ ਆਏ ਹੁਣ ਆ ਰਹੇ ਨੇ ਉਹ ਦੱਸ ਰਹੇ ਨੇ ਜਿਹਨਾਂ ਦੇ ਸਾਹਮਣੇ ਹੋਈ ਗੱਲ, ਆਲਫ ਨੰਗੇ ਕਰਕੇ ਪੁੱਠੇ ਲਟਕਾ ਕੇ ਉਹਨਾਂ ਦੇ ਉੱਤੇ ਤਸ਼ੱਦਦ ਜੋ ਢਾਇਆ ਗਿਆ, ਸੁਣ ਕੇ ਵੀ ਰੂਹ ਕੰਬ ਜਾਂਦੀ ਹੈ ਤੇ ਜਿਹਨਾਂ ਨੇ ਦੇਖਿਆ ਹੋਊਗਾ ਜਾਂ ਜਿਹਨਾਂ ਤੇ ਬੀਤੀ ਆ ਉਹਨਾਂ ਦਾ ਕੀ ਹਾਲ ਹੋ, ਕਿੱਥੇ ਭਲਾ ਹੋਊਗਾ ਇਹਨਾਂ ਬੰਦਿਆਂ ਦਾ, ਕਿਤੇ ਹੋਊਗਾ ਨਹੀਂ ਹੋ ਸਕਦਾ ਮੇਰੇ ਹਿਸਾਬ ਨਾਲ, ਜੇ ਰੱਬ ਦੇਖਦਾ ਨਾ ਤਾਂ ਇਹਨਾਂ ਨੂੰ ਜ਼ਰੂਰ ਮਤਲਬ ਲੋਹੇ ਦੇ ਚਣੇ ਚਬਾਊਗਾ। ਹਾਂਜੀ ਸਮਾਂ ਬਹੁਤ ਲੱਗ ਗਿਆ ਜੀ, 30 ਸਾਲ, 30 ਸਾਲ ਬਹੁਤ ਹੁੰਦੇ ਨੇ, ਉਸਦੇ ਵਿੱਚ ਕਾਂਗਰਸ ਦੀ ਸਰਕਾਰ ਵੀ ਆਈ, ਅਕਾਲੀ ਦਲ ਵੀ ਆਇਆ, ਤੇ ਅਦੋਂ ਕਿਸੇ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਕੌਂਕੇ ਸਾਹਿਬ ਨੂੰ ਇਨਸਾਫ ਦਿਵਾਉਣ ਦੀ। ਇਹਨਾਂ ਨੇ ਜੀ ਮਤਲਬ ਚਾਹਿਆ ਹੀ ਨਹੀਂ, ਇਹ ਚਾਹੁੰਦੇ ਨਹੀਂ ਸੀ, ਇਹਨਾਂ ਨੇ ਸਮੇਤ ਸੈਣੀ ਨੇ ਘੱਟ ਕੀਤੀ ਆ, ਉਹਨੂੰ DGP ਲਾਤਾ, ਹੁਣ ਕਹਿੰਦੇ ਆ ਗਰੇਵਾਲ ਸਾਹਿਬ ਵੀ ਕਹਿੰਦੇ ਜੀ ਉਹ ਗਲਤੀ ਸੀ, ਗਲਤੀਆਂ ਤੁਸੀਂ ਕਿਹੜੀ ਗਲਤੀ ਨਹੀਂ ਕੀਤੀ ਯਾਰ, ਅਜਾਰ ਆਲਮ ਜਿਹੜਾ ਮਲੇਰਕੋਟਲੇ ਵਾਲਾ ਉਹਨੇ 17 ਨੌਜਵਾਨ ਇੱਕੋ ਦਿਨ ਮਾਰੇ, ਅੱਜ ਉਹਦੇ ਘਰਵਾਲੀ ਇਹਨਾਂ ਦੀ MLA ਆ, ਕੀ ਨਹੀਂ ਦਿੱਤਾ ਇਹਨਾਂ ਨੇ ਉਹਨਾਂ ਨੂੰ, ਨਵਾਜਿਆ ਉਹਨਾਂ ਨੂੰ, ਕੁਰਸੀਆਂ ਦੇ ਦੇ ਕੇ ਨਵਾਜਿਆ ਇਹਨਾਂ ਬੰਦਿਆਂ ਨੇ, ਕੀ ਇਹਨਾਂ ਦਾ ਤੁਸੀਂ ਕੀ ਕਰ ਲਓਗੇ, ਇਹਨਾਂ ਦਾ ਕੀ ਵਿਸ਼ਵਾਸ ਕਰ ਲਓਗੇ ਤੁਸੀਂ। ਪਹਿਲਾਂ ਤੁਹਾਨੂੰ ਪਤਾ ਰਵਿੰਦਰ ਜੀ ਜਦੋਂ 1920 ਦੇ ਵਿੱਚ ਅਕਾਲੀ ਦਲ ਬਣਿਆ ਉਦੋਂ ਅੰਮ੍ਰਿਤਸਰ ਦਫ਼ਤਰ ਹੁੰਦਾ ਸੀ ਅਕਾਲੀ ਦਲ ਦਾ, ਤੇ ਹੁਣ ਇਹਨਾਂ ਨੇ ਤੂੰ ਚੱਕ ਕੇ ਲੈ ਗਏ ਚੰਡੀਗੜ੍ਹ ਆਪਦੇ ਘਰਾਂ 'ਚ ਬਣਾ ਲਏ ਦਫ਼ਤਰ, ਉੱਥੇ ਆਓ ਜੀ ਇਹਨਾਂ ਕੋਲੇ ਜਿਹੜਾ ਕੋਈ ਜਾਊਗਾ ਇਹਨਾਂ ਕੋਲੇ ਜਾਊ ਜੀ, ਕਿੱਥੇ ਕੀ ਕੌਮ ਦਾ ਕਰਨਗੇ ਇਹ, ਉਹ ਕਰੀ ਜਾਂਦੇ ਜੀ ਅਸੀਂ ਪੰਥਕ, ਪੰਥਕ ਕੋਈ ਪੰਥਕ ਨਹੀਂ ਹੈਗੇ, ਇਹ ਸਿਰਫ ਆਪਦੇ ਮਸਲੇ ਹੱਲ ਕਰਨ ਵਾਸਤੇ ਬੈਠੇ ਆ ਵੀ ਸਾਨੂੰ ਰਾਜਗੱਦੀਆਂ ਚਾਹੀਦੀਆਂ, ਸਾਨੂੰ ਸਾਰਾ ਕੁਛ ਚਾਹੀਦਾ, ਕੀ ਕੁਛ ਇਹਨਾਂ ਨੇ ਬਣਾ ਲਿਆ, ਕੀ ਉਦੋਂ ਸੀਗੇ ਕੀ ਨਹੀਂ ਸੀਗੇ ਰੱਬ ਜਾਣੇ, ਤੇ ਅੱਜ ਦੇਖ ਲਓ ਇਹਨਾਂ ਕੋਲ ਕਰੋੜਾਂ ਅਰਬਾਂ ਦੀਆਂ ਜਾਇਦਾਦਾਂ ਨੇ, ਕਿੰਨੀਆਂ ਇਹਨਾਂ ਦੀਆਂ ਟਰਾਂਸਪੋਰਟਾਂ ਚੱਲਦੀਆਂ ਨੇ, ਤੇ ਜੋ ਹਲੇ ਵੀ ਜੇ ਇਹ ਮਤਲਬ ਕਰਨ ਤਾਂ ਕੌਂਕ ਅੱਧੇ ਤਾਂ ਉਹਨਾਂ ਦੇ ਵਿੱਚੋਂ ਬੰਦੇ ਮਰ ਗਏ ਹੋਣਗੇ 30 ਸਾਲ ਦੇ ਵਿੱਚ, ਜਿਹੜੇ ਉਦੋਂ ਰਿਟਾਇਰ ਟੂਰ ਹੋ ਕੇ ਉਹ ਮਰ ਗਏ ਹੋਣਗੇ, ਕੁਛ ਹੋਣਗੇ ਉਹਨਾਂ ਨੂੰ ਕਰ ਲੈਣੇ, ਚਲੋ ਕੁਛ ਤਾਂ ਜ਼ਖਮਾਂ ਤੇ ਮੱਲਮ ਛਿੜਕੀ ਜਾਊ ਜੇ ਅਜੇ ਵੀ ਕੁਛ ਮਤਲਬ ਹੋ ਜਾਏ। ਸ਼ੁਕਰੀਆ ਅਰਸ਼ਪਾਲ ਸਿੰਘ ਜੀ ਗੱਲਬਾਤ ਕਰ ਲਈ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।